ਸਵਾਰੀ ਰੁਕੀ ਦੀ ਉਹ ਮੇਰੇ ਮੁੱਕਾ ਮਾਹੂ ਮਾਰਿਆ ਟਰੈਵਲ ਬੋਲਿਆ ਨੀ ਗਾਲਾ ਬੱਚਿਆਂ ਨੇ ਮੈਨੂੰ ਫਿਰ ਮੈਂ ਜੁੱਤੀ ਲਾਲੀ ਪਰ ਮੈਂ ਕਈ ਤਾਂ ਬੋਲਦੇ ਆ ਮੈਨੂੰ ਇੱਕ ਸਰਦਾਰ ਅੰਮ੍ਰਿਤਧਾਰੀ ਸਿੱਖ ਬੋਲ ਕੇ ਗਿਆ ਯਾਰ ਇਹ ਕੰਮ ਤੂੰ ਸਾਡੀ ਬੇਇੱਜ਼ਤੀ ਕਰ ਰਿਹਾ ਮੈਂ ਬੇਇੱਜ਼ਤੀ ਮੇਰੀ ਹੋ ਰਹੀ ਆ ਤੇਰੀ ਨਹੀਂ ਹੋ ਰਹੀ ਕੋਈ ਮੈਂ ਚੋਰੀ ਨਹੀਂ ਕਰਦਾ ਮਿਹਨਤ ਕਰ ਰਿਹਾ ਹੁਣ ਸਾਡੇ ਬੇਟੇ ਨੇ ਮਤਲਬ ਇਹ ਮਰੂੰਡੇ ਵੇਚ ਕੇ ਹੋਰ ਜਗ੍ਹਾ ਨਹੀਂ ਬਣਾਈ ਕੁਛ ਨਹੀਂ ਪੜਾਈ ਆਪਣੇ ਬੇਟੇ ਦੋ ਬੇਟੇ ਅਤੇ ਇੱਕ ਬੇਟੀ ਪੜਾਈ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆਹ ਜਿਹੜੇ ਤੁਸੀਂ ਹੱਥਾਂ ਦੇ ਵਿੱਚ ਮਰੂੰਡੇ ਦੇਖ ਰਹੇ ਹੋ ਇਹ ਜ਼ਿਆਦਾਤਰ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਜਿਹੜੇ ਪ੍ਰਵਾਸੀ ਵੇਚਦੇ ਨੇ ਅੱਜ ਤੁਹਾਨੂੰ ਪੰਜਾਬੀਆਂ ਦੇ ਏਕੇ ਦੀ ਤਸਵੀਰ ਦਿਖਾਉਣੀ ਆ ਕਿਉਂਕਿ ਹਰ ਪਾਸੇ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਪ੍ਰਵਾਸੀਆਂ ਦਾ ਪੰਜਾਬ ਦੇ ਵਿੱਚ ਦਬਦਬਾ ਹੈ ਪਰ ਜਿਹੜੇ ਆਹ ਤੁਸੀਂ ਗੁਰਸਿੱਖ ਦੇਖ ਰਹੇ ਹੋ ਸਾਈਡ 'ਤੇ ਹੋ ਜਾਓ ਬਾਈ ਜੀ ਪਿੱਛੇ ਬੱਸ ਆ ਰਹੀ ਜਿਹੜੇ ਤੁਸੀਂ ਆਹ ਗੁਰਸਿੱਖ ਦੇਖ ਰਹੇ ਹੋ ਇਹਨਾਂ ਦਾ ਏਕਾ ਆ ਏਕਾ ਇੰਨਾ ਵੱਡਾ ਹੈ ਕਿ ਇਹ ਕਹਿੰਦੇ ਵੀ ਅਸੀਂ ਇੱਥੇ ਜਿਹੜੇ ਪ੍ਰਵਾਸੀ ਦਾਦਾਗਿਰੀ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਖੰਘਣ ਨਹੀਂ ਦਿੰਦੇ ਤਾਂ ਬਾਬੇ ਨਾਨਕ ਦੇ ਸਿਧਾਂਤ ਇਹ ਚੱਲ ਰਹੇ ਨੇ ਆਹ ਇਹਨਾਂ ਦੇ ਫਾਦਰ ਸਾਹਿਬ ਨੇ ਆਹ ਬੇਟੇ ਨੇ ਇਹਨਾਂ ਦੇ ਇਹ ਮਿਹਨਤ ਕਰਕੇ ਕਿਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਗੁਜ਼ਾਰਾ ਕਰਦੇ ਨੇ ਤਾਂ ਇਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰਵਾਵਾਂਗੇ ਤੁਹਾਡੇ ਨਾਲ ਭਾਅ ਜੀ ਹੁਣੀ ਨਾਲ ਹੈਗੇ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਰਣਜੀਤ ਸਿੰਘ ਅੱਛਾ ਜੀ ਉੱਚੀ ਬੋਲਿਓ ਥੋੜ੍ਹੀ ਆਵਾਜ਼ ਰਣਜੀਤ ਸਿੰਘ ਭਾਅ ਜੀ ਅੱਛਾ ਅੱਛਾ ਜੀ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ 4-5 ਸਾਲ ਹੋ ਗਏ ਅੱਛਾ ਅੱਛਾ ਜੀ ਇੱਧਰਲੇ ਪਾਸੇ ਆ ਜਾਓ ਇੱਧਰਲੇ ਪਾਸੇ ਅੱਗੇ ਨੂੰ ਹੋ ਜਾਓ ਅੱਛਾ ਜੀ ਇਹ ਇਹ ਤੁਹਾਡੇ ਬ੍ਰਦਰ ਹੈਗੇ ਨੇ ਜਾਂ ਬ੍ਰਦਰ ਆ ਜੀ ਅੱਛਾ ਅੱਛਾ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੋ ਜੀ ਕਿੰਨੀ ਉਮਰ ਹੋ ਗਈ ਜੀ ਤੁਹਾਡੀ 65 ਸਾਲ ਦੀ ਇਹ ਕੰਮ ਕਰਦੇ ਆ ਤੁਹਾਨੂੰ ਸ਼ਰਮ ਨਹੀਂ ਮਹਿਸੂਸ ਹੁੰਦੀ ਹੈ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਾਰੋਬਾਰ ਤਾਂ ਕਰਨਾ ਹੀ ਹੈ ਬੇਟਾ ਅੱਛਾ ਜੀ ਅੱਛਾ ਜੀ ਇਹ ਤੁਹਾਡੇ ਸਾਰੇ ਬੱਚੇ ਵੀ ਇਹੀ ਕੰਮ ਕਰਦੇ ਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੇਟੇ ਨੂੰ ਤਾਂ 18-20 ਸਾਲ ਹੋ ਗਏ ਨੇ ਕੰਮ ਕਰਦੇ ਅੱਛਾ ਅੱਛਾ ਜ਼ਿਆਦਾਤਰ ਬਾਈ ਜੀ ਆਪਾਂ ਹੈ ਨਾ ਦੇਖਦੇ ਹਾਂ ਤੁਹਾਡੇ ਕੋਲ ਵੀ ਹੱਥ ਦੇ ਵਿੱਚ ਹੈ ਨਾ ਆਹ ਚੀਜ਼ਾਂ ਦੇਖਦੇ ਹਾਂ ਆਪਾਂ ਇਹ ਜ਼ਿਆਦਾਤਰ ਪ੍ਰਵਾਸੀ ਬਾਜ਼ਾ ਮਾਰਦੇ ਹੁੰਦੇ ਹੈ ਨਾ ਵੀ ਆਪਾਂ ਵੀ ਆਹ ਮਰੂੰਡਾ ਲੈ ਲਓ ਜਾਂ ਹੈ ਨਾ ਸੌਫ ਵੇਚਦੇ ਨੇ ਬੱਸਾਂ ਦੇ ਵਿੱਚ ਇਹ ਇਹ ਤੁਹਾਡੇ ਖਿਆਲ ਨਹੀਂ ਹੁੰਦਾ ਮਨ ਦੇ ਵਿੱਚ ਵੀ ਇਹ ਪ੍ਰਵਾਸੀਆਂ ਦਾ ਕੰਮ ਕਰਦੇ ਨਾ ਨਾ ਜੀ ਅੱਛਾ ਅੱਛਾ ਜੀ ਬਾਬੇ ਨਾਲ ਕੀ ਤੇਰਾ ਤਾਂ ਲੋਕ ਹੱਸਦੇ ਆ ਸਾਡੇ ਤੋਂ ਲੋਕ ਹੱਸਦੇ ਆ ਜ਼ਰੂਰ ਹਾਂ ਇਹਨਾਂ ਦਾ ਮਜ਼ਾਕ ਸਮਝਦੇ ਪਤਾ ਨਹੀਂ ਕਿਆ ਚੀਜ਼ ਵੇਚਦੇ ਥੈਂਕ ਯੂ ਕੀ ਕਹਿੰਦੇ ਲੋਕ ਕੀ ਕਹਿੰਦੇ ਜੀ ਯਾਨੀ ਕਿ ਦੇਖ ਕੇ ਇਹਨਾਂ ਨੂੰ ਹੱਸਦੇ ਆ ਸਾਨੂੰ ਕੀ ਪਤਾ ਕਿਆ ਵੇਚਦੇ ਆ ਅੱਛਾ ਤੁਹਾਡਾ ਕੀ ਜਵਾਬ ਹੁੰਦਾ ਫਿਰ ਲੋਕਾਂ ਨੂੰ ਅਸੀਂ ਆਪਣਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਕਰਕੇ ਅੱਗੇ ਚਲੇ ਜਾਈਏ ਅੱਛਾ ਇਹ ਕਹਿੰਦੇ ਨੇ ਲੋਕੀ ਵੀ ਭਾਈ ਇਹ ਤਾਂ ਪ੍ਰਵਾਸੀ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਭਾਈ ਅਸੀਂ ਮਿਹਨਤ ਕਰ ਸਕਦੇ ਤੁਸੀਂ ਵੀ ਮਿਹਨਤ ਕਰੋ ਜਿਹੜੇ ਬੰਦੇ ਕਹਿੰਦੇ ਪੰਜਾਬ 'ਚ ਕੰਮ ਹੀ ਹੈ ਨਹੀਂ ਉਹਨਾਂ ਨੂੰ ਕੀ ਕਹੋਗੇ ਤੁਸੀਂ ਨਹੀਂ ਉਹਨਾਂ ਵਾਸਤੇ ਤਾਂ ਮੈਂ ਤਾਂ ਕਹਿਣਾ ਚਾਹੁੰਦਾ ਵਾਂ ਕੰਮ ਹਰੇਕ ਪਾਸੇ ਪਿਆ ਪਰ ਕਰਨਾ ਨਹੀਂ ਚਾਹੁੰਦੇ ਇਹ ਬੜੀ ਮਿਹਨਤ ਆ ਜਾਂਦੀ ਬਾਈ ਜੀ ਅੱਤ ਦੀ ਗਰਮੀ ਪੈ ਰਹੀ ਤੁਸੀਂ ਹੈ ਨਾ ਗੱਡੀਆਂ ਦੇ ਆਲੇ ਦੁਆਲੇ ਖੜੇ ਹੋ ਕੇ ਆਵਾਜ਼ਾਂ ਲਗਾ ਰਹੇ ਹੋ ਕਿ ਮਰੂੰਡਾ ਲੈ ਲਓ ਹਾਂਜੀ ਭਾਜੀ ਅਸੀਂ 2 ਜਣੇ ਵੇਚਦਾ ਅੱਜ 500-600 ਬੰਦਾ ਹੋ ਗਿਆ ਵੇਚਣ ਵਾਲਾ ਅੱਛਾ ਸਾਨੂੰ ਦੇਖੇਗੇ ਪੂਰਾ 500-600 ਬੰਦਾ ਹੋ ਗਿਆ ਇਹ ਦੇਖ ਲਓ ਛੋਟੇ ਛੋਟੇ ਬੱਚੇ ਵੀ ਇਹਨੂੰ ਵੇਚਣ ਲੱਗ ਗਏ ਦੋ ਬੰਦਿਆਂ ਨੇ ਕੰਮ ਸ਼ੁਰੂ ਕੀਤਾ ਸੀ ਦੋ ਬੰਦਿਆਂ ਨੇ ਸ਼ੁਰੂ ਕੀਤਾ ਸੀ ਅੱਛਾ ਹੁਣ ਕਿੰਨੇ ਕੁ ਬੰਦੇ ਤੁਹਾਨੂੰ ਮਿਲਦੇ ਨੇ ਰੋਜ਼ ਜੇ ਕਈ ਬੰਦੇ ਤਾਂ ਬਾਈ ਜੀ ਅਜਿਹੇ ਵੀ ਮਿਲਦੇ ਹੋਣਗੇ ਵੀ ਕਹਿੰਦੇ ਹੋਣਗੇ ਵੀ ਭਾਈ ਇਹ ਕਿਹੜੇ ਕੰਮੀ ਪਏ ਹੋਏ ਆ ਤੁਸੀਂ ਨਹੀਂ ਕਈ ਤਾਂ ਬੋਲਦੇ ਆ ਮੈਨੂੰ ਇੱਕ ਸਰਦਾਰ ਅੰਮ੍ਰਿਤਧਾਰੀ ਸਿੱਖ ਬੋਲ ਕੇ ਗਿਆ ਯਾਰ ਇਹ ਕੰਮ ਤੂੰ ਸਾਡੀ ਬੇਇੱਜ਼ਤੀ ਕਰ ਰਿਹਾ ਮੈਂ ਬੇਇੱਜ਼ਤੀ ਮੇਰੀ ਹੋ ਰਹੀ ਆ ਤੇਰੀ ਨਹੀਂ ਹੋ ਰਹੀ ਕੋਈ ਮੈਂ ਚੋਰੀ ਨਹੀਂ ਕਰਦਾ ਮਿਹਨਤ ਕਰ ਰਿਹਾ ਅੱਛਾ ਉਹ ਫਿਰ ਮੈਨੂੰ 2 ਦਿਨ ਬੋਲ ਕੇ ਜਾਂ ਦੁਬਾਰੀ ਨਹੀਂ ਬੋਲ ਕੇ ਅੱਛਾ 2 ਵਾਰ ਇੱਦਾਂ ਬਹੁਤੇ ਬੰਦੇ ਕਹਿੰਦੇ ਕੰਮ ਦੀ ਬੇਇੱਜ਼ਤੀ ਹੁੰਦੀ ਆ ਸਰਦਾਰਾਂ ਦੀ ਹਾਂਜੀ ਹਾਂਜੀ ਪਰ ਇਹ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਪਰ ਕਿਰਤ ਕਰਨ ਦੇ ਵਿੱਚ ਬਾਪੂ ਜੀ ਕੋਈ ਇਹ ਬੇਇੱਜ਼ਤੀ ਵਾਲਾ ਤਾਂ ਕੰਮ ਨਹੀਂ ਹੈਗਾ ਹੈ ਨਾ ਜੀ ਗੱਲ ਆ ਜੀ ਲੋਕਾਂ ਨੂੰ ਬਸ ਇਹੀ ਦਿਖਾ ਰਹੇ ਆ ਜੀ ਅੱਛਾ ਅੱਛਾ ਜੀ ਤੇ ਇਹ ਤੁਸੀਂ ਕਿੰਨੇ ਕੁ ਫੈਮਿਲੀ ਮੈਂਬਰ ਤੁਹਾਡੇ ਬ੍ਰਦਰ ਹੈਗੇ ਨੇ ਸਾਰੇ ਹਾਂਜੀ 2 ਬ੍ਰਦਰ ਹੈ ਅੱਛਾ ਅੱਛਾ ਜੀ ਇਹ ਬਾਈ ਜੀ ਤੁਸੀਂ ਵੀ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਹੋ 15 ਸਾਲ ਹੋ ਗਏ ਭਾਜੀ ਅੱਛਾ ਅੱਛਾ ਜੀ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਕੋਈ ਬਸ ਸਭ ਲੋਕੀ ਹੱਸੀ ਜਾਂਦੇ ਆ ਬੋਲੀ ਜਾਂਦੇ ਬਸ ਕੀ ਕਹਿੰਦੇ ਹੁੰਦੇ ਲੋਕੀ ਬਾਈ ਜੀ ਲੋਕੀ ਹੱਸ ਹੱਸ ਕੇ ਨੰਗੀ ਜਾਂਦੇ ਆ ਬਈ ਕੀ ਕੰਮ ਕਰਦੇ ਪਏ ਆ ਸਾਡਾ ਤਾਂ ਕੰਮ ਹੀ ਮਰੂੰਡੇ ਵੇਚਣਾ ਦਾਲ ਵੇਚਣਾ ਜੀ ਆਪਾਂ ਮੈਂ ਹਰ ਕਬੱਡੀ ਕੱਪਾ ਜੀ ਮੈਂ ਜਾਂਦਾ ਜੀ ਸ਼ਹਿਰ ਵਿੱਚ ਕਿਤੇ ਮਰਜ਼ੀ ਪੁੱਛ ਵੇਖ ਲਓ ਜੀ ਮੈਨੂੰ ਕੀ ਕਰਨ ਜਾਂਦੇ ਹੋ ਦਾਲ ਵੇਚਣ ਭਾਜੀ ਅੱਛਾ ਵੇਖ ਜਾਂਦੀ ਵਧੀਆ ਮੈਂ ਪਹਿਲਾਂ ਕਬੱਡੀ ਕੱਪ ਅੱਜ ਤੋਂ 15 ਸਾਲ ਪਹਿਲਾਂ ਕਬੱਡੀ ਕੱਪਾ ਨੇ ਸਹਾਰਨਪੁਰ ਹੁਸ਼ਿਆਰਪੁਰ ਚੰਡੀਗੜ੍ਹ ਪੰਚਕੂਲਾ ਕਿੱਥੇ ਵੀ ਸਭ ਜਾਈਦਾ ਜੀ ਆਪਾਂ ਅੱਛਾ ਜੀ ਇਹ ਨਹੀਂ ਹੈ ਸਾਰੇ ਬੰਦੇ ਗਲਤ ਆ ਕਈ ਸਾਡੀ ਸਿੱਖ ਵੀ ਕਰਦੇ ਜਾਂ ਪੰਜਾਬੀ ਤੁਹਾਡੇ ਤੇ ਮਾਣ ਆ ਸਾਨੂੰ ਤੁਸੀਂ ਇਹ ਕੰਮ ਕਰਦੇ ਮਿਹਨਤ ਤਾਂ ਕਰਦੇ ਹੋ ਚੋਰੀਆਂ ਰੋਪੜ ਸ਼੍ਰੀ ਗੁਰੂ ਗੜ੍ਹ ਸਾਹਿਬ ਸਭਾ ਵਰਤ ਰੋਪੜ ਸ਼੍ਰੀ ਗੁਰੂ ਗੜ੍ਹ ਸਾਹਿਬ ਸਭਾ ਵਰਤ ਰਹੀਦਾ ਜੀ ਅੱਛਾ ਅੱਛਾ ਸੇਵਾ ਤੇ ਸਾਰੇ ਭਾਈ ਉੱਥੇ ਸੇਵਾ ਕਰਦੇ ਆ ਅੱਛਾ ਅੱਛਾ ਸ਼੍ਰੀ ਗੁਰੂ ਗੜ੍ਹ ਸਾਹਿਬ ਸੇਵਾ ਵਰਤ ਅੱਛਾ ਅੱਛਾ ਜੀ 6 ਜੂਨ ਨੂੰ ਆਪਣੀ ਛਬੀਲ ਲੱਗਣੀ ਹੈ ਜੀ ਅੱਛਾ ਅੱਛਾ ਜੀ
ਫਿਰ ਜਿਵੇਂ ਰੋਡ ਤੇ ਤੁਸੀਂ ਵੇਚਦੇ ਹੋ, ਬਹੁਤੇ ਲੋਕ ਤਾਂ ਕਹਿੰਦੇ ਹੋਣਗੇ ਵੀ ਤੁਸੀਂ ਚੰਗਾ ਕੰਮ ਕਰਦੇ ਹੋ, ਕਈ ਅਜਿਹੇ ਵੀ ਹੁੰਦੇ ਨੇ ਮੰਨ ਲਓ ਉਹ ਕਹਿ ਦਿੰਦੇ ਵੀ ਇਹ ਕਿਹੜੇ ਕੰਮੀ ਪਏ ਹੋਏ ਆ ਤੁਸੀਂ, ਤੁਹਾਨੂੰ ਪਤਾ ਬੋਲਣ ਵਾਲਾ ਮੂੰਹ ਕਿਹੜਾ ਫੜਨਾ ਆਪਾਂ ਇੱਥੇ, ਆਪਾਂ ਆਪਣਾ ਕੰਮ ਕਰਨਾ ਜੀ, ਕਈ ਹੁੰਦੇ ਅੱਗੇ ਕਹਿੰਦੇ ਬਾਬਾ ਜੀ ਤੁਸੀਂ ਇੰਨੀ 65 ਸਾਲ ਦੀ ਉਮਰ ਦੇ ਵਿੱਚ ਕੰਮ ਕਰ ਰਹੇ ਹੋ, ਮਿਹਨਤ ਕਰ ਰਹੇ ਹੋ, ਬਹੁਤ ਵਧੀਆ ਕਰ ਰਹੇ ਹੋ। ਹਾਂਜੀ, ਮਾਣ ਮਹਿਸੂਸ ਹੁੰਦਾ ਬਾਪੂ ਜੀ ਜਦੋਂ ਆਪਾਂ ਕਿਰਤ ਕਰਦੇ ਹਾਂ, ਮਿਹਨਤ ਕਰਦੇ ਹਾਂ, ਹੈ ਨਾ, ਇੰਨੀ ਤੁਹਾਡੀ ਵੀ ਉਮਰ ਹੋ ਗਈ ਆ, ਇਹ ਮਾਣ ਮਹਿਸੂਸ ਹੁੰਦਾ ਵੀ ਆਪਾਂ ਕਿਰਤ ਕਰਕੇ ਹੈ ਨਾ ਆਪਣੇ ਪਰਿਵਾਰ ਦਾ ਆਪਣਾ ਗੁਜ਼ਾਰਾ ਕਰਦੇ ਹਾਂ ਨਾ ਜੀ, ਬਹੁਤ ਖੁਸ਼ੀ ਹੁੰਦੀ ਹੈ। ਹੋਰ ਲੋਕ ਕੀ ਕੁਛ ਕਹਿੰਦੇ ਨੇ ਜਾਂ ਤੁਹਾਡੇ ਆਂਢ ਗੁਆਂਢ 'ਚ ਵੀ ਲੋਕ ਗੱਲਾਂ ਬਾਤਾਂ ਕਰਦੇ ਹੋਣਗੇ? ਦਈਆਂ ਮਜ਼ਾਕ ਕਰਕੇ ਨਿਕਲ ਜਾਂਦੇ ਆ, ਮੈਂ ਹੁਣ ਕੀ ਕਰੀਏ, ਸਾਨੂੰ ਨੌਕਰੀ ਤਾਂ ਮਿਲੀ ਨਹੀਂ, ਹੁਣ ਅਸੀਂ ਆਪਣੀ ਮਿਹਨਤ ਤਾਂ ਕਰਦੇ ਹੀ ਕਰਦੇ, ਉਹ ਗਲਤ ਕੰਮ ਤਾਂ ਨਹੀਂ ਕਰਦੇ, ਆਪਣੀ ਮਿਹਨਤ ਕਰਕੇ ਰੋਟੀ ਪਿੱਛੇ ਪਾ ਰਹੇ। ਮਿਹਨਤ ਕਰਨੀ ਬਾਪੂ ਜੀ, ਮਿਹਨਤ ਕਰਨੀ ਵੀ ਚਾਹੀਦੀ। ਸੋ ਜਿੰਨੇ ਵੀਰ ਭਰਾ ਦੇਖ ਰਹੇ ਨੇ ਇੱਥੇ, ਅੰਕਲ ਜੀ ਹੁਣੀ ਹੈਗੇ ਨੇ, ਇਹ ਵੀਡੀਓ ਤੁਹਾਡੇ ਤੱਕ ਤਾਂ ਪਹੁੰਚਾ ਰਹੇ ਹਾਂ, ਇਹਨਾਂ ਦੀ ਸਪੋਰਟ ਜ਼ਰੂਰ ਕਰਿਆ ਕਰੋ, ਕਿਉਂਕਿ ਪੰਜਾਬੀਆਂ ਵਾਸਤੇ ਆਪਣੀ ਸਪੋਰਟ ਕਰਨਾ ਆਪਣਾ ਫਰਜ਼ ਬਣਦਾ ਹੈ, ਕਿਉਂਕਿ ਜਿਹੜੇ ਪੰਜਾਬੀ ਮਿਹਨਤ ਕਰਦੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਵੀ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਚੋਰੀ ਠੱਗੀ ਕਰਨ ਤੋਂ ਇਲਾਵਾ ਇਹਨਾਂ ਦੀ ਸੋਚ ਆ ਜਿਹੜੀ ਮਿਹਨਤ ਕਰਕੇ ਗੁਜ਼ਾਰਾ ਕਰਨ ਦੀ ਸੋਚ ਆ, ਤਾਂ ਖਾਸ ਤੌਰ 'ਤੇ ਉਹਨਾਂ ਨੌਜਵਾਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਜਿਹੜੇ ਮਿਹਨਤ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ, ਤਾਂ ਜਿਹੜੇ ਇਹ ਇਹਨਾਂ ਦੇ ਫਾਦਰ ਸਾਹਿਬ ਨੇ, ਆ ਇਹਨਾਂ ਦੇ ਬੱਚੇ ਹੈਗੇ ਨੇ, ਤਾਂ ਇਹ ਰਲ ਮਿਲ ਕੇ ਇੱਥੇ ਕੰਮ ਕਰ ਰਹੇ ਨੇ, ਤਾਂ ਵੱਡੀ ਗੱਲ ਇਹ ਹੈ। ਅਤੇ ਇੱਥੇ ਕੋਈ ਪ੍ਰਵਾਸੀ ਜਿਹੜੇ ਹੈਗੇ ਨੇ, ਜ਼ਿਆਦਾਤਰ ਆਪਾਂ ਨੂੰ ਸੁਣਨ ਦੇ ਵਿੱਚ ਆਉਂਦਾ ਹੈ ਕਿ ਪ੍ਰਵਾਸੀਆਂ ਦਾ ਪੰਜਾਬ ਦੇ ਵਿੱਚ ਦਬਦਬਾ ਹੋ ਗਿਆ, ਪਰ ਬਹੁਤ ਸਾਰੇ ਕਈ ਇਲਾਕੇ ਅਜਿਹੇ ਨੇ ਜਿੱਥੇ ਪੰਜਾਬੀ ਮਿਹਨਤ ਕਰਦੇ ਨੇ, ਤਾਂ ਜਿਹੜੇ ਪ੍ਰਵਾਸੀ ਨੇ ਉਹ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ। ਬਾਪੂ ਜੀ, ਇੱਕ ਕੰਟਰੋਵਰਸੀ ਬਣੀ ਹੋਈ ਹੈ, ਪ੍ਰਵਾਸੀ ਵਰਸਿਸ ਪੰਜਾਬੀ, ਲੋਕ ਕਹਿੰਦੇ ਨੇ ਪੰਜਾਬੀ ਅਜਿਹੇ ਬਣ ਗਏ ਨੇ, ਉਹ ਕੰਮ ਕਰਕੇ ਨਹੀਂ ਖੁਸ਼ ਹੈਗੇ, ਇਹ ਇਹ ਗੱਲ ਨੂੰ ਤੁਹਾਡਾ ਨਜ਼ਰੀਆ ਕੀ ਕਹਿੰਦਾ ਜੀ? ਸਾਡੇ ਬੇਟਾ ਇਹ ਕੰਮ ਕਰਕੇ ਆਪਣਾ ਬੱਚਾ ਪੜ੍ਹਾਇਆ ਵੇ, ਸਕੂਲ 'ਚ ਪਾਇਆ, ਹੁਣ ਅੱਜ ਤੱਕ ਕਾਲਜ 'ਚ ਪੜ੍ਹ ਰਿਹਾ ਹੈਗਾ, ਹੁਣ ਉੱਥੋਂ ਹੁਣ ਪੁਲਿਸ ਦੀ ਨੌਕਰੀ ਨੂੰ ਮਤਲਬ ਸੋਚ ਰਿਹਾ ਵੀ ਫੌਜ ਦੀ ਨੌਕਰੀ ਮਿਲ ਜਾਏ ਤਾਂ ਪੁਲਿਸ ਦੀ ਨੌਕਰੀ ਮਿਲ। ਅੱਛਾ ਜੀ, ਜਾਂ ਪੁਲਿਸ ਦੀ ਮਿਲ ਜਾਏ ਤਾਂ ਸਾਰੇ ਪੇਪਰ ਭਰ ਭਰ ਕੇ ਚੰਡੀਗੜ੍ਹ ਭੇਜੇ ਇਹਨਾਂ ਨੇ, ਜਾਂ ਪੁਲਿਸ ਦੀ ਮਿਲ ਜਾਏ ਤਾਂ ਫੌਜ ਦੀ ਨੌਕਰੀ ਮਿਲ ਜਾਏ। ਸਾਡੇ ਪੋਤਾ ਜੀ ਆ ਤੁਹਾਡੀ ਉਮਰ 'ਤੇ ਆ, 23 ਸਾਲ 'ਚ ਲੱਗਿਆ ਹੈ, ਵੱਡੇ ਲੜਕਿਆਂ ਦਾ ਬੇਟਾ, ਉਹਨੇ ਹੋਰ ਨਹੀਂ ਕੀਤਾ, ਉਹਨੇ ਆਪਣੇ ਬੱਚੇ ਪੜ੍ਹਾਏ ਆ। ਅੱਛਾ, ਦਾਲ ਵੇਚ ਕੇ ਆ, ਮਰੂੰਡੇ ਵੇਚ ਕੇ, ਇਹ ਕਹਿੰਦੇ ਕੰਮ ਕਹਿੰਦੇ ਬਹੁਤੇ ਲੋਕ ਮੰਨਦੇ ਨੇ ਵੀ ਇਹ ਛੋਟਾ ਕੰਮ ਹੈ ਜੀ, ਕਰਦੇ ਨੇ ਆਗੇ ਤੇ ਖਰੇ ਕਿਹੜਾ ਕੰਮ ਕਰਦੇ ਭਈਆ ਵਾਲਾ ਕੰਮ ਕਰਦੇ ਆ। ਅੱਛਾ, ਮੈਂ ਜੇ ਭਈਆ ਵਾਲਾ ਕੰਮ ਸਾਨੂੰ ਨੌਕਰੀ ਵਧੀਆ ਦਵਾ ਦਿਓ ਜੇ ਆਪਣੀ ਨੌਕਰੀ ਛੱਡ ਕੇ ਕਰਦੇ। ਅੱਛਾ, ਲੋਕ ਕਹਿੰਦੇ ਨੇ ਵੀ ਭਈਆ ਵਾਲਾ ਕੰਮ ਕਰਦੇ ਆ। ਅੱਛਾ, ਹੁਣ ਸਾਡੇ ਬੇਟੇ ਨੇ ਮਤਲਬ ਇਹ ਮਰੂੰਡੇ ਵੇਚ ਕੇ ਹੋਰ ਜਗ੍ਹਾ ਨਹੀਂ ਬਣਾਈ, ਕੁਛ ਨਹੀਂ ਪੜਾਈ, ਆਪਣੇ ਬੇਟੇ ਦੋ ਬੇਟੇ ਤੇ ਇੱਕ ਬੇਟੀ ਪੜਾਈ, ਪੜ੍ਹਾਈ ਕਰਵਾ ਦਿੱਤੀ ਪ੍ਰਾਈਵੇਟ ਸਕੂਲ 'ਚ ਆਪਣਾ ਸੋਲਖੀਆਂ ਦੇ ਕੋਲ ਆ, ਮਣੀ ਸਿੰਘ ਦਾ ਸਕੂਲ, ਅੱਛਾ, ਪੜ੍ਹਾਇਆ। ਬਾਕੀ ਆ ਦੇਖ ਲਓ ਇਹ ਵੀ ਆ ਰੂੜੇ ਵੇਚਦੇ ਛੋਟੇ ਬੱਚੇ, ਸਾਡੇ ਬੇਟੇ ਮਤਲਬ ਬੱਚੇ ਆ, ਕਹਿੰਦੇ ਨਹੀਂ ਬਾਪੂ ਮਤਲਬ ਅਸੀਂ ਆਪਣੀ ਨੌਕਰੀ ਕੰਮ ਕਰਨਾ, ਕੰਮ ਕਰਕੇ ਪੜ੍ਹ ਕੇ ਆਪਣੀ ਨੌਕਰੀ ਕਰਨੀ ਹੈ। ਹਾਂਜੀ, ਵਿਆਹ ਦਾ ਕੰਮ ਉੱਦਣ ਕਰਨਾ ਜਿੱਦਣ ਨੌਕਰੀ ਮਿਲ ਜਾਂਦੀ ਹੈ, ਜੇ ਤੁਹਾਡੀ ਕੋਈ ਸੋਚ ਰਹੇ 23 ਸਾਲ ਨੂੰ ਲੱਗਿਆ। ਹਾਂਜੀ, ਪੋਤਾ ਮੇਰਾ ਜੀ, ਬਾਈ ਕਹਿੰਦੇ ਸਿਆਣਾ ਬੰਦਾ ਤਾਂ ਸਮਝ ਹੀ ਜਾਂਦਾ ਹੁੰਦਾ ਹੈ ਨਾ ਗੱਲ ਨੂੰ, ਜਿਹੜੇ ਨੌਜਵਾਨ ਦਿਲ 'ਤੇ ਲਾ ਲੈਂਦੇ ਗੱਲ ਨੂੰ ਵੀ, ਮੰਨ ਲਓ ਤੁਹਾਨੂੰ ਕੋਈ ਕਹਿ ਦੇਵੇ ਵੀ ਆਹ ਤੂੰ ਭਈਆਂ 'ਚ ਕੰਮ ਕਰਦਾ ਆ, ਹੈ ਨਾ, ਤੁਸੀਂ ਕੋਈ ਕਦੇ ਦਿਲ 'ਤੇ ਲਾਈ ਗੱਲ ਇਹ? ਨਾ ਭਾਜੀ, ਅੱਛਾ ਬਸ ਵਾਲਾ ਸਰਦਾਰ ਸੀ ਅੰਮ੍ਰਿਤਧਾਰੀ, ਉਹਨੇ ਕੁਛ ਵੀ ਨਹੀਂ ਆਖਿਆ, ਭਈਆ ਕਹਿੰਦਾ ਉਹਨੇ ਗਾਲੀ ਕੱਢੀ, ਇਹਨੇ ਵੀ ਗਾਲੀ ਕੱਢਤੀ, ਉਹ ਚੜ੍ਹਨ ਲੱਗਾ ਬੱਸ ਵਾਲੇ ਡਰਾਈਵਰ ਨੇ ਕਿਹਾ ਵੀ ਚੜ੍ਹ ਜਾਂਦੇ, ਉਹਨੇ ਭਈਏ ਨੂੰ ਕੱਖ ਵੀ ਨਹੀਂ ਆਖਿਆ, ਅੱਛਾ ਜੀ, ਕੁਛ ਵੀ ਨਹੀਂ ਆਖਿਆ, ਸਗੋਂ ਬੋਲਿਆ ਯੂਪੀ ਦਾ ਵੀ ਬਿਹਾਰ ਦਾ, ਮੈਂ ਉਹਨੂੰ ਪੁੱਛਣਾ ਤਾਂ ਭਾਜੀ, ਮੈਂ ਡਰਾਈਵਰ ਨੂੰ ਪੁੱਛਣਾ ਤਾਂ, ਮੈਂ ਹੋਰ ਨੂੰ ਪੁੱਛਣਾ ਨਹੀਂ ਤਾਂ, ਉਹ ਭਾਈ ਅੱਗੇ ਸਵਾਰੀ ਰੁਕੀ ਦੀ, ਉਹ ਮੇਰੇ ਮੁੱਕਾ ਮਾਹੂ ਮਾਰਿਆ, ਡਰਾਈਵਰ ਬੋਲਿਆ ਨਹੀਂ, ਗਾਲਾਂ ਕੱਢੀਆਂ ਨੇ ਮੈਨੂੰ, ਫਿਰ ਮੈਂ ਜੁੱਤੀ ਲਾ ਲਈ, ਫਿਰ ਮੈਂ ਜੁੱਤੀ ਬਹਿ ਕੇ ਮਗਰ ਭੱਜਿਆ ਮੈਂ। ਅੱਛਾ ਅੱਛਾ ਜੀ, ਇਹ ਕਦੇ ਦਿਲ 'ਤੇ ਨਹੀਂ ਗੱਲ ਆਈ ਵੀ ਲੋਕ ਕਹਿਣ ਵੀ ਭਈਆਂ ਵਾਲਾ ਕੰਮ ਕਰਦੇ ਆ? ਕੋਈ ਨਹੀਂ, ਮਿਹਨਤ ਕਰਦੇ, ਬਾਬੇ ਨਾਨਕ ਦਾ ਨਾਂ ਲੈ ਰਹੇ, ਬਸ ਇਹੀ ਯਾਤਰਾ ਬੋਲਦਾ ਜੀ, ਇਹ ਸਕੂਨ ਮਿਲ ਜਾਂਦਾ ਜੀ, ਸਕੂਨ ਵਧੀਆ। ਹਾਂ ਹਾਂ ਜੀ, ਵਧੀਆ, ਸਭ ਵਧੀਆ ਜੀ, ਨੀਂਦ ਵਧੀਆ ਆਉਂਦੀ ਰਾਤ ਨੂੰ ਜੀ? ਨੀਂਦ। ਅੱਛਾ ਅੱਛਾ, ਜੇ ਪਾਠ ਕਰੇ ਬਾਬੇ ਨਾਨਕ ਦਾ ਨਾਂ ਲਈ ਰਿਹਾ, ਬਸ ਗੁਰਦੁਆਰੇ ਜੀ ਸਵਾ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਵਾ ਵਾਰ। ਅੱਛਾ ਅੱਛਾ, ਇਹ ਗੁਜ਼ਾਰਾ ਕਿਵੇਂ, ਜੇ ਬੱਚਤ ਦੀ ਗੱਲ ਕਰ ਲਈਏ, ਵੈਸੇ ਕਹਿੰਦੇ ਕਿਸੇ ਦੇ ਬਿਜ਼ਨਸ 'ਚ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ, ਪੁੱਛਣਾ ਨਹੀਂ ਚਾਹੀਦਾ, ਫਿਰ ਵੈਸੇ ਵੀ ਜੇ ਮੰਨ ਲਓ ਪ੍ਰਵਾਸੀ ਇਹ ਕੰਮ ਕਰਦੇ ਨੇ ਜਾਂ ਤੁਸੀਂ ਇਹ ਕੰਮ ਕਰਦੇ ਹੋ, ਕਿੰਨੀ ਕੁ ਬੱਚਤ ਹੋ ਜਾਂਦੀ ਹੈ ਤਾਂ ਕਿੰਨੀ ਕੁ ਤੁਹਾਡੀ ਲਾਗਤ ਆਉਂਦੀ? ਹਾਂ ਜੀ, ਆਪਣਾ 700 ਲਾ ਕੇ ਚੱਲੀਏ, ਤਾਂ ਚਾਰ ਤੋਂ 500 ਰੁਪਏ ਮਿਲ ਜਾਣ ਨਾਲ। ਅੱਛਾ ਜੀ, 500-600 ਬਚ ਜਾਂਦਾ ਬਾਈ, ਸ਼ਾਮ ਦਾ ਕੰਮ ਕਰੀਏ, ਕੰਮ ਕਰਨਾ ਨਹੀਂ, 600 ਕੀ ਬਜਾਣਾ ਫਿਰ ਆਪਾਂ? ਹਾਂਜੀ, ਸ਼ਾਮ ਵਾਲੇ ਸ਼ਾਮ ਨੂੰ ਖਾਧੀ ਜਾਣਾ। ਪਰ ਬਾਈ ਜੀ ਮਿਹਨਤ ਵੀ ਕਹਿੰਦੇ ਬਹੁਤ ਕਰਨੀ ਪੈਂਦੀ ਹੈ ਨਾ, ਧੁੱਪ 'ਚ ਖੜ ਕੇ ਲੋਕਾਂ ਦੀਆਂ ਗੱਡੀਆਂ ਨੂੰ ਆਵਾਜ਼ਾਂ ਮਾਰਨੀਆਂ ਜਾਂ ਸ਼ੀਸ਼ੇ ਖੜਕਾਉਣੇ। ਹਾਂ ਜੀ, ਆਪਾਂ ਪੂਨਾ ਮਾ ਬਾਹਰ ਜਾਵਾਂ ਨੇ, ਬਾਹਰ ਜਾ ਕੇ ਤਾਂ ਸਾਨੂੰ ਕਿਹੜਾ ਮਰਜ਼ੀ ਕੰਮ ਮਿਲ ਜਾਏ, ਉਹਦਾ ਕੰਮ ਬਾਹਰ ਵੀ ਕਰਨਾ ਜੀ, ਕੁਆਥੀ ਕੰਮ ਕਰੇ ਵਧੀਆ।
ਆਪਾਂ 15 ਲੱਖ ਰੁਪਏ ਲਾ ਕੇ ਬਾਹਰ ਜਾ ਰਹੇ ਹਾਂ, ਇਟਲੀ ਜਾ ਰਹੇ, ਅਮਰੀਕਾ ਜਾ ਰਹੇ ਜੀ ਬਾਹਰ, ਭਾਈ ਉਦੋਂ ਜਾ ਕੇ ਤੱਤੀ ਦਾ ਕੰਮ ਮਿਲ ਜਾਏ, ਜਾ ਕੇ ਪਲੱਸਾਂ ਦਾ ਉਹ ਜਾ ਕੇ ਸਫਾਈ ਕਰਦੇ ਨੇ, ਬਹੁਤ ਨੌਜਵਾਨ ਉਹ ਜਾ ਕੇ ਸਫਾਈ ਕਰਨੀ ਪੈਣੀ ਆ, ਆ ਕੇ ਕੀ ਕਹਿਣਾ, ਨਾ ਮੇਰਾ ਜਹਾਜ਼ ਚਲਾਉਂਦਾ ਜੀ। ਅੱਛਾ, ਇੱਥੇ ਸੁਣੇ 'ਚ ਇਹ ਵੀ ਦਬਦਬਾ, ਕਹਿੰਦੇ ਵੀ ਜਿੱਥੇ ਪ੍ਰਵਾਸੀ ਦਬਦਬਾ ਪਾਉਂਦੇ ਹੈ ਨਾ, ਜਿਹੜੇ ਪੰਜਾਬੀ ਗਲਤ ਪ੍ਰਵਾਸੀ ਗਲਤ ਕੰਮ ਕਰਦੇ, ਤੁਸੀਂ ਉਹਨਾਂ ਨੂੰ ਇੱਥੇ ਮਤਲਬ ਖੜਨ ਨਹੀਂ ਦਿੰਦੇ? ਨਾ ਜੀ, ਨਹੀਂ ਖੜਨ ਦੀ ਨਹੀਂ। ਕੰਮ ਕਰੇ ਜੀ ਭਾਈ, ਆਪਣਾ ਹੋਰ ਨੂੰ ਕੀ ਖੜਨ ਦੇਣਾ, ਸਿਖਾਂਗਾ ਨਹੀਂ ਦਿੰਦੇ ਹੈ ਨਾ। ਨਹੀਂ ਚਲੋ ਵਧੀਆ ਗੱਲ ਬਾਈ ਜੀ, ਮਿਹਨਤ ਕਰਨੀ ਚਾਹੀਦੀ, ਕਿਉਂਕਿ ਸਾਡਾ ਵੀ ਫਰਜ਼ ਬਣਦਾ ਜਿਹੜੇ ਪੰਜਾਬੀ ਭਰਾ ਮਿਹਨਤ ਕਰਦੇ ਹੈ ਨਾ, ਲੋਕਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚਾਉਣੀ ਜਾਂ ਲੋਕਾਂ ਤੱਕ ਉਹਨਾਂ ਨੂੰ ਦਿਖਾਉਣਾ ਵੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਨੇ ਉੱਥੇ ਸਾਡੇ ਪੰਜਾਬੀ ਵੀ ਕੰਮ ਕਰਦੇ ਨੇ, ਔਰ ਸਾਡਾ ਵੀ ਫਰਜ਼ ਬਣਦਾ ਹੈ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਜਾਂ ਹੌਸਲਾ ਦੇਣਾ, ਕਿਉਂਕਿ ਵੀਡੀਓ ਬਣਾਉਣ ਦਾ ਬਾਪੂ ਜੀ ਇਹੀ ਮਕਸਦ ਆ। ਤੁਸੀਂ ਵੀ, ਤੁਹਾਡੀ ਵੀ ਉਮਰ ਹੋ ਗਈ ਹੈ ਨਾ 65 ਸਾਲ ਦੇ ਕਰੀਬ, ਬਹੁਤੇ ਲੋਕ ਕਹਿੰਦੇ ਨੇ ਵੀ ਇਹ ਜਿਹੜੇ ਕੰਮ ਆ ਹੈ ਨਾ ਬਹੁਤ ਛੋਟੇ ਕੰਮ ਹੁੰਦੇ ਆ, ਤਾਂ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਨਾ ਜੀ। ਤਾਂ ਉਹਨਾਂ ਲੋਕਾਂ ਨੂੰ ਬਾਪੂ ਜੀ ਕੀ ਸੁਨੇਹਾ ਦਊਂਗੇ ਜਿਹੜੇ ਲੋਕ ਮਿਹਨਤ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ? ਮੰਨ ਲਓ ਤੁਸੀਂ ਇੱਥੇ ਖੜ੍ਹੇ ਹੋ, ਉਹ ਕਹਿੰਦੇ ਵੀ ਭਾਈ ਅਸੀਂ ਇਹ ਕੰਮ ਨਹੀਂ ਕਰ ਸਕਦੇ, ਵੀ ਸਾਨੂੰ ਸ਼ਰਮ ਮਹਿਸੂਸ ਹੁੰਦੀ ਆ, ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਹੁਣ ਅਸੀਂ ਕਹਿੰਦੇ ਭਾਈ ਅਸੀਂ ਆਪਣਾ ਕੰਮ ਕਰ ਰਹੇ, ਕਿਰਤ ਕਰ ਰਹੇ, ਆਪਣੇ ਬੱਚਿਆਂ ਨੂੰ ਰੋਟੀ ਖਵਾਉਣੀ ਆ, ਕਿਰਤ ਕਰਕੇ ਦਿਖਾਉਣੀ ਆ, ਮਤਲਬ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ। ਅੱਛਾ ਜੀ, ਤਾਂ ਕਹਿੰਦੇ ਪੰਜਾਬ ਦੇ ਵਿੱਚ ਕਲਾ ਵੀ ਹੈਗੀ ਆ, ਛੋਟੇ ਛੋਟੇ ਬੱਚੇ ਆ, ਇੱਧਰ ਆ ਰਹੋ, ਇਹ ਆਪਣੀ ਕਲਾ ਦਿਖਾਉਣਗੇ, ਕਲਾ ਦਿਖਾ ਦਿਓ। ਕੋਈ ਸੂਆ ਟੱਪਦੇ ਸੀ ਚੌਲਾ ਬਗੀ, ਕਿਹੜੀ ਅਸੀਂ ਭੁੱਲਦੇ ਸੀ ਚੌਲਾ ਬਗੀ, ਜੀ ਟੋਪੀ ਉੱਤ ਪਈ ਚੁਨ ਸੀ, ਹੋ ਗਏ ਵੇ ਨਗੋਰੇ ਉਹ ਕੀ ਧਨ ਧਨ ਸੀ, ਅਸੀਂ ਉੱਥੇ ਬੈਠ ਕੇ ਸਫੇਰਾ ਤੱਕੇ ਉਹ ਰੱਬ ਦਾ ਬਣਾਇਆ ਹੋਇਆ ਕੇਰਾ ਤੱਕੇ ਉਹ, ਕੋਈ ਬਨ ਪੱਗ ਸਰ ਤਾਜ ਦੀ ਤਰ੍ਹਾਂ, ਲਾਵੇ ਸਰ ਤੇਜ ਮਹਾਰਾਜ ਦੀ ਤਰ੍ਹਾਂ, ਉਕੇ ਤੱਤੇ ਔਰ ਤਸਵੀਰਾਂ ਲਾ ਲਈਆਂ, ਵੱਡੀਆਂ ਕਰਾ ਕੇ ਮੈਂ ਪਲਾ ਚਲਾ ਲਈਓ, ਜੰਗਲੇ ਚ ਘੁੰਮਦੇ ਨੂੰ ਪੂੰਜੀ ਲੱਭਗੀ, ਮੋਰਨੀ ਦੀ ਕੂਕ ਕੀ ਮੈਂ ਚੂੰਜੀ ਵੱਟ ਗਈ, ਮੈਨੂੰ ਇੰਜ ਲੱਗੇ ਮੱਚੀਓ ਮੈਂ ਚੋਰੀ ਦੋ, ਮੈਨੂੰ ਇੰਜ ਲੱਗੇ ਮੱਚੀਓ ਮੈਂ ਚੋਰੀ ਦੋ, ਕੁੱਤੇ ਨੂੰ ਗਣਾਏ ਗਾਵਾਂ ਮੋਰਾਂ ਨੂੰ ਨਹਾਰੀ ਦੋ, ਆਉਂਦੇ ਹੋਏ ਆਪ ਹੀ ਕਿਆਰ ਦੀ ਉੜੀ, ਬਾਲਣਾ ਦੀ ਪੰਜ ਚੁੱਕੀ ਨਿੱਕੀ ਜੀ ਕੁੜੀ, ਛੋਟੀ ਸਰੀ ਬਹੁਤ ਲਿਫਾਫਾ ਚੰਗੇ ਹੋ, ਪਤਾ ਨਹੀਂ ਗਰੀਬ ਬਣੀ ਨੇ ਕਿਤੋਂ ਮੰਗੇ ਹੋ, ਅਸੀਂ ਕੋਲ ਨੰਗੇ ਤਾਂ ਪਿਆਰੀ ਲੱਗੀ ਸੀ, ਕੋਲ ਕੋਈ ਨਾਰ ਤੋਂ ਨਿਆਰੀ ਲੱਗੀ ਸੀ, ਅਸੀਂ ਗੱਡੀ ਰੋਕ ਲਈ ਸੀ ਉਸ ਵਾਸ ਦੇ, ਅਸੀਂ ਗੱਡੀ ਰੋਕ ਲਈ ਸੀ ਉਸ ਵਾਸ ਦੇ, ਉਹਨੂੰ ਜਾ ਕੇ ਮੈਂ ਤਾਂ ਦੇ ਦੀ ਇਸ ਵਾਸ ਦੇ, ਗੱਡੀ ਜੇ ਤੂੰ ਰੁਕਦੀ ਮੈਂ ਡਰ ਗਈ ਸੀ, ਪਤਾ ਨਹੀਂ ਲੱਗਿਆ ਕਿ ਡਰ ਗਈ ਸੀ, ਮੈਨੂੰ ਇੰਜ ਲੱਗਿਆ ਮੈਂ ਤਾਂ ਪਾਪ ਹੋ ਗਿਆ, ਫਿਰ ਸਰ ਤਾਜ ਚੁੱਪ ਚਾਪ ਹੋ ਗਿਆ। ਵੈਰੀ ਗੁੱਡ, ਬਹੁਤ ਵਧੀਆ ਯਾਰ, ਬਹੁਤ ਕਲਾ ਹੈ। ਕੀ ਨਾਮ ਤੁਹਾਡਾ? ਸ਼ਿਵਾ। ਅੱਛਾ ਸ਼ਿਵਾ ਜੀ, ਇਹ ਸਿੱਖਿਆ ਸੀਗਾ ਗਾਣਾ ਕਿਤੇ? ਅੱਛਾ, ਕਿੱਥੇ ਰਹਿੰਦੇ? ਪੜ੍ਹਦੇ ਵੀ ਹੋ? ਕਿਉਂ ਪੜ੍ਹਦੇ, ਕਿਉਂ ਨਹੀਂ, ਮਨ ਨਹੀਂ ਕਰਦਾ ਪੜ੍ਹਨ ਨੂੰ? ਪੜ੍ਹਾਈ ਵੀ ਕਰਨੀ ਆ ਨਾਲ ਦੀ ਨਾਲ, ਜੇ ਕਲਾ ਕਰਦੇ ਹੋ ਨਾ, ਕਲਾਕਾਰੀ ਵੀ ਜ਼ਰੂਰੀ ਹੈ, ਪੜ੍ਹਾਈ ਵੀ ਬਹੁਤ ਨਾਲ ਜ਼ਰੂਰੀ ਹੈ ਨਾ ਜੀ, ਪੜ੍ਹੋ ਆਪਣਾ, ਪੜ੍ਹ ਕੇ ਪੜ੍ਹ ਲਿਖ ਕੇ ਕੁਛ ਬਣਨਾ ਵੀ ਚਾਹੀਦਾ ਹੈ, ਕਲਾ ਵੀ ਕਰਨੀ ਚਾਹੀਦੀ, ਠੀਕ ਹੈ ਨਾ, ਜਿਹੜਾ ਸ਼ੌਂਕ ਹੁੰਦਾ ਹੈ ਇਹ ਸ਼ੌਂਕ ਵੀ ਪੁਗਾਉਣਾ ਚਾਹੀਦਾ, ਠੀਕ ਹੈ, ਬਹੁਤ ਵਧੀਆ ਗਾਇਆ ਬਾਈ ਜੀ। ਲਾਸਟ ਦੇ ਵਿੱਚ ਮੈਂ ਹੈ ਨਾ ਇਹੀ ਕਹਿਣਾ ਚਾਹੁੰਦਾ ਹਾਂ, ਜਿਹੜੇ ਵੀਰ ਭਰਾ ਤੁਹਾਡੀ ਇਸ ਵੀਡੀਓ ਨੂੰ ਦੇਖ ਰਹੇ ਨੇ, ਉਹਨਾਂ ਨੂੰ ਸੁਨੇਹਾ ਕੀ ਦਊਂਗੇ? ਕਿਉਂਕਿ ਬਹੁਤੇ ਲੋਕ ਜਿਹੜੇ ਸ਼ਰਮ ਮਹਿਸੂਸ ਕਰਦੇ ਨੇ ਪੰਜਾਬ ਦੇ ਵਿੱਚ ਹੀ ਰਹਿ ਕੇ, ਹੈ ਨਾ, ਕੰਮ ਕਰਨ ਨੂੰ ਲੈ ਕੇ, ਉਹ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਹੈਗਾ? ਮਿਹਨਤ ਤਾਂ ਜ਼ਰੂਰ ਕਰੇ, ਕੋਈ ਵੀ ਸ਼ਰਮ ਨਹੀਂ ਹੈਗੀ, ਕੋਈ ਵੀ ਛੋਟਾ ਮੋਟਾ ਕੰਮ ਕਰਨ ਦੀ ਜੀ, ਹੁਣ ਦੇਖੋ ਸਾਨੂੰ 18-19 ਸਾਲ ਹੋ ਗਏ ਕੰਮ ਕਰਦੇ ਨੂੰ, ਪਹਿਲਾਂ ਦਾਲ ਵੇਚਦੇ ਸੀ, ਹੁਣ ਇੱਥੇ ਲਾਈਟਾਂ ਦੇ ਆਣ ਕੇ ਮਰੂੰਡਾ ਵੇਚਣ ਲੱਗੇ, 4-5 ਸਾਲ ਹੋ ਗਏ ਇੱਥੇ ਮਰੂੰਡਾ ਵੇਚਦੇ। ਅੱਛਾ ਜੀ, ਉੱਦਾਂ ਅੱਡੇ 'ਚ ਨਵੇਂ ਬੱਸ ਸਟੈਂਡ 'ਤੇ ਦਾਲ ਵੇਚਦੇ ਨੂੰ 17-18 ਸਾਲ ਹੋ ਗਏ। ਅੱਛਾ ਜੀ, 17-18 ਸਾਲ ਮਤਲਬ ਬੱਸ ਸਟੈਂਡ ਦੇ ਬੱਸਾਂ 'ਚ ਇਹੀ ਕੰਮ ਕਰਦੇ ਹੋ ਨਾ? ਹਾਂਜੀ ਹਾਂਜੀ। ਅੱਛਾ ਅੱਛਾ, ਚਲੋ ਵਧੀਆ ਗੱਲ ਬਾਈ ਜੀ, ਮਿਹਨਤ ਕਰਨੀ ਚਾਹੀਦੀ ਹੈ, ਕਿਉਂਕਿ ਸਾਡਾ ਫਰਜ਼ ਵੀ ਬਣਦਾ ਹੈ, ਜਿਹੜੇ ਪੰਜਾਬੀ ਮਿਹਨਤ ਕਰਦੇ ਨੇ। ਸ਼ਰਮ ਨਹੀਂ ਕਰਨੀ ਚਾਹੀਦੀ ਕੋਈ ਵੀ ਕੰਮ ਕਰਨ ਵੇਲੇ ਜੀ, ਸ਼ਰਮ ਕਰਾਂਗੇ ਫਿਰ ਤਾਂ ਭੁੱਖੇ ਮਰਨ ਵਾਲਾ ਕੰਮ ਹੀ ਹੋਊਗਾ। ਅੱਛਾ, ਇਹ ਵੀ ਸਾਡੇ ਪੰਜਾਬੀ ਲੋਕ ਨਾ ਕੰਮ ਕਰਨ ਤੋਂ ਸ਼ਰਮ ਬਹੁਤ ਕਰਦੇ ਆ, ਅਤੇ ਦੂਜੇ ਆਉਂਦੇ ਆ ਜੀ ਪ੍ਰਦੇਸੀ ਆਉਂਦੇ ਆ, ਉਹ ਹਰੇਕ ਕੰਮ ਕਰਦੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ, ਸਾਡੇ ਪੰਜਾਬੀ ਭਾਈਆਂ ਨੂੰ ਬਹੁਤ ਜ਼ਿਆਦਾ ਸ਼ਰਮ ਆਉਂਦੀ ਆ ਕੰਮ ਕਰਨ, ਮਿਹਨਤ ਕਰੋ, ਆਪਣਾ ਅੱਤੀ ਮਿਹਨਤ ਆ ਬਹੁਤ ਆ ਜੀ, ਬਾਹਰ ਦੀ ਕੰਟਰੀ ਆਪਣੀ ਅੱਤੀ ਬਣ ਜਾਂਦੀ ਹੈ, ਸਕੂਨ ਵਧੀਆ ਆਉਂਦਾ ਜਾ ਕੇ ਘਰ, ਵਧੀਆ ਨੀਂਦ ਆਉਂਦੀ ਜਾ ਕੇ, ਵਧੀਆ ਭਾਅ ਜੀ ਜੀ ਹਾਂਜੀ।
बहुत बहुत धन्यवाद भाई जी। सो जिन्हें भीर भरा इस वीडियो में देख रहे हैं दोस्तों, ये वीडियो जो आप चंडीगढ़ जाने हैं तो चंडीगढ़ जाते हो एक रोपड़ दे सोलखियाँ टोल प्लाजा आता है। सोलखियाँ टोल प्लाजा तो एक पहला पुलिस लाइन है जरा रूपनगर रोपड़ का जरा पुलिस लाइन हैगा आ उत्थे जिन्हें पंजाबी भरा ने एक किरत करते हैं तो साडा भी फर्ज बनता है कि इन्हों तो कुछ ना कुछ जरूर खरीदिए जो जोड़े पंजाबी इतने रह के काम करना चाहते हैं उन्होंने हौसला अफजाई हो नाल नाल भी दस दिए तो जोड़े वही गिणती दे जिथे प्रवासी आ के पंजाब दे विच काम कर रहे हैं उत्थे बहुत सारे पंजाबी भी हैगे ने जिहड़े इत्थे काम करके गुजारा करते हैं तो होर इत्थे जिहड़े लोग ने आटो चलाउंदे ने उन्हां नाल भी गलबात करते हैं। सत श्री अकाल अंकल जी। सत श्री अकाल अंकल जी, की हाल चाल? ठीक हो जी? अंकल जी ज़्यादातर अपने पंजाबी है ना बाहर जाते हैं विदेशों वाले जाते हैं इत्थे देखण नूं बहुत घट मिलता जिथे अपने पंजाबी रुजगार करते हो वाला रुजगार जिहड़ा प्रवासी इत्थे आ के करते हैं इहदे बारे तुहाडा की ख्याल हैगा जी? इतने भी काम कार करन दे योग आ सारे काम कार करना चाहिए घाट कोई नहीं हैगी काम की मेहनत करोगे तो सफलता मिलती है। कई लोग कहते भी छोटा काम है जिहड़ा इह भाजी हुणी करदे ने काम छोटा है चाहे वड्डा है सारा मेहनत करते सफल होंगे जी। हाँ जी जी। तो तुसी कितना समा हो गया तुसी ऑटो चलाउंदे हो? ऑटो चलाउंदे हां। अच्छा अच्छा कितना समा हो गया तुहानू काम? 12 साल तो जी। अच्छा अच्छा 12 साल तो काम करदे हो ने किवें महसूस करदे हो जी किरत करके? कहिंदे सुकून वधिया मिलदा है ना? बहुत वधिया जी चंगी जिंदगी बतीत हुंदी आ अपना रोजी रोटी वधिया चलदी आ जी। जी इत्थे प्रवासी भी हैगे ने ऑटो चलाउंदे ने जां ज्यादातर पंजाबी हैगे ने? पंजाबी भी आ प्रवासी भी आ सारे ही रल मिल के करी जांदे आ। अच्छा एक बापू जी मुद्दा बहुत कई दिनों तो छिड़िया होया है ना प्रवासी आके पंजाब दे विच अपना दबदबा पा रहे ने है ना ये तुहाडे नाल कोई हड्ड बीती हुई इत्थे भी कदे तुहाडे ते प्रवासी ने किसे ने दबदबा पाया होवे जां गुंडागर्दी दिखाई होवे? नहीं साडा सर्कल इत्थे ठीक आ इहो गल नहीं है। अच्छा अच्छा जी मतलब वधिया भाईबंदी भी हैगी कहिंदे जिथे माड़े आंसर हैगे उत्थे चंगे भी हुंदे ने है ना बहुत कई लोग कहिंदे भी इह मेहनत करदे ने और मेहनत करनी भी चाहीदी है। हां जी हां जी। अच्छा अच्छा जी बिल्कुल ठीक चल रहा इहो गल नहीं है जी। ਤੁਸੀਂ ਵੀ ਆਟੋ ਚਲਾ ਰਹੇ ਹੋ ਜੀ? ਹਾਂਜੀ ਹਾਂਜੀ। ਅੱਛਾ ਜੀ ਕਿਵੇਂ ਦੇਖਦੇ ਹੋ ਜੀ ਭਾਜੀ ਹੁਣੀ ਇਹ ਮਿਹਨਤ ਕਰ ਰਹੇ ਨੇ ਇੱਥੇ ਕਿਰਤ ਕਰ ਰਹੇ ਨੇ ਮਰੁੰਡੇ ਵਿੱਚ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ? ਕੋਈ ਕਹਿਣ ਦਾ ਮਤਲਬ ਮਿਹਨਤ ਕਰਦਾ ਸਾਡਾ ਫਰਜ਼ ਬਣਦਾ ਕਿ ਇਨਸਾਨ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਹੈ ਮਿਹਨਤ ਕਰਨ ਦੇ ਵਿੱਚ ਫਲ ਮਿਲਦਾ। ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦਰਸ਼ਕੋ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਉਹਨਾਂ ਨੌਜਵਾਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਹੀ ਰਹਿ ਕੇ ਜਿਹੜਾ ਮਿਹਨਤ ਕਰਨ ਤੋਂ ਗੁਰੇਜ਼ ਕਰਦੇ ਨੇ। ਆਸ ਕਰਦੇ ਹਾਂ ਇਸ ਵੀਡੀਓ ਤੋਂ ਬਹੁਤ ਕੁਝ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਧੰਨਵਾਦ ਜੀ।